ਫਰਕ ਇਹਨੂੰ ਉਹਦੇ ਪਰ ਫੋਰਡ ਹੈ ਯਾਰ, ਕਿੰਨੇ ਕੁ ਲੱਗ ਰਹੇ ਯਾਰ ਫੋਰਡ ਹੈ ਯਾਰ। ਚੁੱਪ ਕਰ ਜਾਓ, ਚਗਲ ਜੀ ਨਾ ਮਾਰ ਪਾਈ ਵੱਡਾ ਯਾਰ। ਸੱਤ ਤਰੀਕ ਨੂੰ ਰੋਲ ਡੇ ਲੱਗ ਜੂ, 50 ਲੱਗ ਜਾਣਗੇ, 60 ਲੱਗ ਜਾਣਾ, 70 ਲੱਗ ਜਾਣਾ, ਕੋਈ ਚੱਕਰ ਨੀ। ਜਿਹੜਾ 8 ਫਰਵਰੀ ਨੂੰ ਮੁਹਰਿਆ ਪਰ ਪੋਲ ਡੇ ਖੜਾ, ਫਿਰ ਫਿਰ ਇਹਦਾ ਕੀ ਆ? ਦਿਮਾਗ ਸਵੇਰ ਤੋਂ ਵੀ ਖਰਾਬ ਹੋਇਆ ਬਾਈ ਵੱਡਾ। ਉਹ ਕਿੰਨੇ ਲਾਈਏ ਯਾਰ ਇਹਦੇ? ਯਾਰ 400-500 ਦਾ ਆਈ ਜਾਊਗਾ। 500 ਲਾ, ਇੱਕ ਵਾਰੀ 500 ਰੁਪਇਆ ਲਿਖ ਲੈਣੇ ਚੱਲ ਸ਼ਾਮ ਦਾ, 500 ਰੁਪਇਆ ਸ਼ਾਮ ਦਾ। ਤੇ 9 ਫਰਵਰੀ ਨੂੰ ਆ ਗਿਆ ਚੋਕਲੇਟ, ਚੋਕਲੇਟ ਦੀ ਨੀ ਕੋਈ ਵਧੀਆ ਸਿਲਕ ਦੀ 70-80 ਦੀ ਉਹ ਆਊਗੀ ਯਾਰ। 70-80 ਦੀ ਉਹ 150 ਰੁਪਏ ਦੀ ਆਉਂਦੀ ਹੈਗੀ ਚੋਕਲੇਟ। ਆ ਓਏ ਉਹ ਤੀਹਾਂ ਦਾ ਗੁੜ ਲਿਆ ਦੀ ਓਏ ₹700 ਬਾਈ ਬੱਟਾ। ਓਏ ਤੈਨੂੰ ਨਹੀਂ ਪਤਾ ਆਸ਼ਕੀ ਕੀ ਹੁੰਦੀ ਆ, ਪਿੰਡੂ ਦਾ ਪਿੰਡੂ ਰਹੇਗਾ ਬਾਈ ਬੱਟਾ, ਕਰ ਲੈਣ ਦੇ ਕੁਛ ਹੋਏ। ₹11,000 ਚੱਲ 12 ਨੂੰ ਕਿਸੜੇ, ਫਿਰ ਐਂ ਕਰਦੇ 200-250 ਰੁਪਇਆ ਲੱਗ ਜਾਓ ਫਿਲਮਾਂ ਹੀ ਆ, ਤੇ 200-250 ਲਾ ਲਾਣੇ ਇੱਕ ਵਾਰੀ, ਬਾਕੀ ਯਾਰ ਦੇਖ ਲਾਂਗੇ ਸੇਫ ਨਾਲੇ ਜੇ ਹਨ। ਵਧੀਆ ਗੱਲ ਹੈ, 250 ਰੁਪਏ ਇਹਦਾ ਲਿਖ ਲਿਆ। ਤੇ 13 ਫਰਵਰੀ ਨੂੰ ਹੱਗੜੇ ਜੇ ਕਿਸੋਗੀ ਤਾਂ ਹੱਗ ਤਾਂ ਮੋਟੇ ਨਾਲ, ਹੱਗ ਦਾ ਏਡਾ ਕੋਈ ਚੱਕਰ ਨੀ ਹੁੰਦਾ। ਤੇ 14 ਫਰਵਰੀ ਆ ਮੇਨ ਗੱਲ ਯਾਰ, 14 ਫਰਵਰੀ ਨੂੰ ਹੈਗਾ ਵੈਲੈਂਟਾਈਨ ਡੇ, ਇਧਰੋਂ ਲੱਗੂ ਘੱਟੋ ਘੱਟ 5,000 ਵੱਟ ਤੇ ਆ। 5,000 ਕੱਪੜੇ ਕੁਪੜੇ ਲੈਣੇ ਪੈਣਗੇ, ਨਹਾਉਣਾ ਪਊਗਾ, ਵਾਲ ਕਟਾਉਣੇ ਪੈਣਗੇ, ਸੈਂਟ ਸੁੰਟ ਲਾਉਣਾ ਪਊਗਾ, ਐਵੇਂ ਨੀ ਕੁੜੀਆਂ ਝਾਕਦੀਆਂ, ਸਹੀ ਗੱਲ ਹੈ। ਸੱਚ ਨਿੱਕਰ ਵੀ ਲੈਣੀ ਪਊ, ਕਿਹੜਾ ਪਾਉਣਾ, ਦੇ 40 ਉਹ ਬਾਈ ਵੱਡਾ। ਓਏ ਬਾਈ ਬਹਿ ਜਾਣਾ, ਬਹਿ ਜਾਣਾ ਉਧਾਰੇ ਫੜ ਲਾਂਗੇ ਕਿੱਲਿਆਂ ਨੂੰ, ਕੀ ਵੇਚਣਾ ਯਾਰ। 5,000 ₹5,000 10,000 12,000 ਰੁਪਏ ਦਾ ਲੱਗ ਗਿਆ ਯਾਰ, ਸਾਰੀ ਲਿਸਟ ਬਣ ਗਈ ਟੋਟਲ, ਇਹ ਪੂਰੀ ਮਤਲਬ ਸਿਰਾ ਵੈਲੈਂਟਾਈਨ ਡੇ ਬਣ ਜੂ। ਆਹ ਲਿਸਟ ਚ ਰਹਿ ਗਈ ਇੱਕ ਕਮੀ, ਕੀ ਬਈ? ਬਸ ਕੁੜੀ ਲੱਭਣ ਵਾਲੀ ਆ ਯਾਰ ਹੁਣ। ਹਾਂ ਮੇਰੇ ਖਾਣਾ ਤਾਂ ਓਏ ਕਿਉਂ ਰਹਿਣ ਦੋ ਯਾਰ, ਓਏ ਸ਼ਰਮ ਕਰੋ, ਓਏ ਸ਼ਰਮ ਕਰੋ। ਉਹ ਸੋਨੂੰ 14 ਫਰਵਰੀ ਵਾਲਾ ਵੈਲੈਂਟਾਈਨ ਡੇ ਦਾ ਯਾਦ ਰਹਿ ਜਾਂਦਾ, ਉਹ 14 ਫਰਵਰੀ ਨੂੰ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਓਏ ਉਹ ਸੋਨੂੰ ਯਾਦ ਨਹੀਂ? ਓਏ ਇਹੋ ਜੀਆਂ ਚੀਜ਼ਾਂ ਤੇ ਟਾਈਮ ਖਰਾਬ ਕਰੀ ਜਾਂਦੇ ਆ, ਘੱਟੋ ਘੱਟ ਭਗਤ ਸਿੰਘ ਨੂੰ ਤਾਂ ਯਾਦ ਕਰ ਲਿਓ, ਉਹਨੇ ਆਪਣੇ ਦੇਸ਼ ਦੀ ਖਾਤਰ ਆਪਣੀ ਖਾਤਰ ਕੁਰਬਾਨੀ ਦਿੱਤੀ ਆ। ਚੱਜ ਦੀ ਵੀਡੀਓ ਬਣਾ ਲਾ ਕਰ ਚੌਰਿਆ, ਚੱਜ ਦਾ ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਤੁਹਾਨੂੰ ਸਭ ਨੂੰ ਪਤਾ ਵੀ 14 ਫਰਵਰੀ ਨੂੰ ਵੈਲੈਂਟਾਈਨ ਡੇ ਮਨਾਇਆ ਜਾਂਦਾ ਹੈਗਾ, ਪਰ ਅਫਸੋਸ ਦੀ ਗੱਲ ਕਿਸੇ ਨੂੰ ਇਹ ਨਹੀਂ ਪਤਾ ਕਿ 14 ਫਰਵਰੀ ਸ਼ਹੀਦ ਭਗਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ। ਇਸ ਲਈ 14 ਫਰਵਰੀ ਨੂੰ ਵੈਲੈਂਟਾਈਨ ਡੇ ਦੇ ਨਾਲ ਨਾਲ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨਾ, ਜਿਹਨੇ ਸਾਡੇ ਦੇਸ਼ ਲਈ ਸਾਡੇ ਲਈ ਕੁਰਬਾਨੀ ਦਿੱਤੀ ਹੈ। ਹਾਂ ਤੇ ਸੋ ਸਾਡੀ ਇਹ ਵੀਡੀਓ ਕਿਵੇਂ ਲੱਗੀ, ਲਾਈਕ ਕਰਕੇ, ਸ਼ੇਅਰ ਕਰਕੇ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਥੈਂਕ ਯੂ।